ਬਹੁਤ ਖਰਾਬ ਵਾਲੇ ਭਾਈ ਜਾਨ ਬੜੀ ਮਿਹਰਬਾਨੀ ਸ਼ੁਕਰੀਆ ਚੌਕਸ ਹੋ ਜੋ ਬੱਚੀ ਲੈ ਕੇ ਆਇਓ ਸਹੀ ਗੱਲ ਹੈ ਸਾਡਾ ਕੰਮ ਹੈ ਸਿਰਫ ਵਿਆਹ ਕਰਾਉਣਾ ਮੇਰੀ ਗੱਲ ਸੁਣ ਪੈਂਟ ਕਿੰਨੇ ਦੀ ਲਈ ਇਹ 2000 ਰੁਪਏ ਦੀ ਫਾਇਦਾ 150 ਚ ਉਤਰ ਜਾਣੀ ਇਹਦਾ ਕੋ ਬੈ ਬੜਾ ਪਿਆਰਾ ਬੱਚਾ ਹੈ ਯਾਰ ਕੀ ਪਾਗਲ ਆਦਮੀ ਪੁਰਾਣਾ ਸੂਟ ਪਾਇਆ ਹੋਇਆ ਇਹ ਥੋੜੇ ਨੇ ਇਤਨੀ ਕੌਣ ਸੀ ਤੂਨੇ ਸੋਨੇ ਕੇ ਵਰਕ ਲਗਾ ਰੱਖੇ ਬਸ ਥੋੜੇ ਨੇ ਕਹਿ ਜਾਨ ਜਾਨ ਜਦ ਤੁਹਾਡੀ ਮੇਰੀ ਸ਼ਾਦੀ ਹੋਗੀ ਜਦ ਤੁਹਾਡੀ ਮੇਰੀ ਸ਼ਾਦੀ ਹੋਗੀ ਤਾਂ मुझे कहां लेके जाओगे तो मुझे कहां लेके जाओगे तू कह जिथो पहला फोन आएगा चलना है शादी नहीं हुई तेरी नहीं कभी भी थी अनटच हां हां जी शादी हुई नहीं नहीं कभी शादी नु हाथ भी नहीं लगा नहीं कभी बाजार जाते हैं जी के हां केड़ा केड़ा चुप कर जा मैं तेरे सिर ते छापड़ जान लेना सलाम कर सलाम कौन है दुपट्टा दे के सलाम कर कौन है कुछ कौन है कौन है ये वो शख्स अजीम आदमी है जो ड्रामे के बाद बच्चियों को नक्शे करा के देता है नहीं होया ब्याह नहीं कभी भी नहीं नहीं कोई मिस कॉल नहीं बजी नहीं कोई मैसेज नहीं नहीं ये मैसेज आने जरूरी ने क्यों ये आने बंद हो यार पर 9 महीने बाद आप ही गंजा आ जंदा गंजा सालिया किथे आ जंदा हां तेरा कद्दू कहना नहीं बनता तू आप कद्दूआं फर्ज कर बंदा किस तरह तेन चाहिए ਖੂਬਸੂਰਤ ਜਵਾਨ ਐ ਛਾਤੀ ਹੋਵੇ ਨਹੀਂ ਜਿਹਦੇ ਨਾਲ ਮਰਜ਼ੀ ਕਰਾ ਲਾ ਵੱਡੇ ਢੇਡ ਵਾਲੇ ਨਾਲ ਕਰਾਏ ਕਿਉਂ ਉਹ ਕਹਿੰਦਾ ਕੁਝ ਨਹੀਂ ਸਾਰੀ ਰਾਤ ਉਹਨਾਂ ਉੱਤੇ ਪਾ ਕੇ ਹੂੰ ਚਲ ਜਾਨ ਜਾਨ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹ ਰਿਹਾ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹ ਰਿਹਾ ਐ ਤਿੰਨ ਮੁੰਡੇ ਮੈਂ ਤੇਰੇ ਲਈ ਲਿਆਂਦੇ ਨੇ ਓਏ ਮੈਂ ਤੁਹਾਨੂੰ ਲੈਣੇ ਦਿੱਤਾ ਹੂੰ ਤੇ ਉਹਨੇ ਸਿੰਧ ਵਾਲੀ ਸਾਈਡ ਤੇ ਔਰਥਾ ਨਾ ਵੱਡਾ ਛੰਨਾ ਫੜ ਕੇ ਇਹੋ ਜਿਹੀਆਂ ਮੰਗ ਰਹੀਆਂ ਨੇ ਪਾ ਇੱਕ ਬੋਟੀ ਦਾ ਪਾ ਕਹਿੰਦਾ ਚੱਲ ਭੱਜ ਜਾ ਤੂੰ ਤਲ ਥੋੜਾ ਸ਼ੋਰਾ ਹੀ ਪਾ ਦੇ ਮੇਰਾ ਗੰਜਾ ਕੱਲ ਦਾ ਭੁੱਖਾ ਪਾਲੀ ਗੱਲ ਕਰ ਲਾ ਰੋਮਾਂਟਿਕ ਜਿਹੀ ਗੱਲਾਂ ਕਰੋ ਠੀਕ ਹੈ ਰੋਮਾਂਟਿਕ ਹੱਥ ਪੜੋ ਲਿਆਓ ਇੱਕ ਮੇਰੀ ਵੀ ਗੱਲ ਹਾਂ ਰੋਮਾਂਟਿਕ ਰੋਮਾਂਟਿਕ ਗੱਲਾਂ ਕਹਿੰਦਾ ਕਮੋ ਜਾਨ ਜਾਨ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਤੇ ਲਾਨਤ ਓਏ ਭਾਈ ਓਏ ਸਹੀ ਗੱਲ ਇਹੋ ਜਿਹੀਆਂ ਕੁੜੀਆਂ ਮੈਂ ਖਾਕਵਾਨੀ ਮਾਰਕੀਟ 'ਚ ਵੇਖੀਆਂ ਨੇ ਕੀ ਕਰ ਚੋਲਾ ਪਾਇਆ ਹੁੰਦਾ ਹਾਜੀ ਸਾਹਿਬ ਗੱਤੇ ਚਾਹ ਲਵਾਂ ਅੱਗੋ ਹਾਜੀ ਵੀ ਲੋੜ ਦਾ ਖੋਚਲ ਕਹਿੰਦਾ ਗੱਤੇ ਛੱਡ ਅੰਦਰ ਆ ਪੂਰਾ ਗੱਟੂ ਚੁਆਵਾਂ ਮੈਂ ਕਿਹਾ ਤਮੀਜ਼ ਗੱਲ ਕਲਾ ਕਰੋ ਕਹੋ ਜਾਨ ਜਾਨ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਮੈਂ ਤੁਹਾਡਾ ਆਸ਼ਿਕ ਮੈਂ ਤੁਹਾਡਾ ਆਸ਼ਿਕ ਰਾਂਝਾ ਵੀ ਇੱਕ ਆਸ਼ਿਕ ਰਾਂਝਾ ਵੀ ਇੱਕ ਆਸ਼ਿਕ ਸੀ ਉਹਨੇ ਹੀਰ ਦੀ ਖਾਤਰ ਕੰਨ ਪੜਵਾਏ ਸੀ ਉਹਨੇ ਹੀਰ ਦੀ ਖਾਤਰ ਕੰਨ ਪੜਵਾਏ ਸੀ ਮੈਂ ਵੀ ਤੇਰਾ ਆਸ਼ਿਕ ਹਾਂ ਮੈਂ ਵੀ ਤੇਰਾ ਆਸ਼ਿਕ ਹਾਂ ਮੈਂ ਤੇਰੀ ਖਾਤਰ ਮੈਂ ਤੇਰੀ ਖਾਤਰ ਚਾਹੀਦਾ ਕੀ ਚਾਹੀਦਾ ਤੂੰ ਕੀ ਦੇ ਸਕਣੀ ਹੈ ਤੂੰ ਕਿਸੇ ਨੂੰ ਕੁਝ ਦੇ ਸਕਣੀ ਹੈ ਲੈਣ ਵਾਲੇ ਬੜਾ ਕੁਝ ਦੇ ਬੜਾ ਕੁਝ ਕੁਛ ਐਸਾ ਹੈਗਾ ਲੱਖ ਲਾਨਤ ਆਪਣੀ ਸ਼ਕਲ ਵੀ ਨਹੀਂ ਵੇਖਦਾ ਸੁਣਾ ਕੀ ਮਾਰਨ ਨੇ ਮਰ ਜਾ ਸ਼ਾਦੀ ਹੋਈ ਤੁਹਾਡੀ ਨਹੀਂ ਜੀ ਬਿਲਕੁਲ ਐਂ ਟੱਚਾ ਉਹ ਛੱਡ ਦੇ ਲਾਹੌਰ ਇੱਥੇ ਤੇ ਇਹ ਗੱਲ ਖੁਸਰਾ ਨਹੀਂ ਕਹਿੰਦਾ ਕੀ ਹੋ ਗਿਆ ਦੱਸ ਦੱਸ ਹਾਂ ਹੁਣ ਤੇ ਖੁਸਰੇ ਵੀ ਗੰਜੇ ਗੰਜੇ ਆਉਣ ਲੱਗ ਪਿਆ ਨਥਲੀ ਪਾਈ ਹੈ ਤੂੰ ਹਾਂ ਜੀ ਸ਼ਾਇਰ ਤੇਰੇ ਵਾਸਤੇ ਸ਼ਾਇਰ ਕਹਿੰਦਾ ਕੀ ਕਹਿੰਦਾ ਦਫਾ ਹੋ ਨਾ ਹੋਣ ਲੱਗੀ ਤੂੰ ਮੇਰੇ ਨਾਲ ਗੱਲ ਨਾ ਕਰਿਆ ਕਰ ਹੋਰ ਤੇਰੀ ਅੰਮੀ ਨਾ ਕਰਮੀ ਆਖਣਾ ਲਾ ਬਣੇ ਨਾ ਪਸਾਣਾ ਚਾਹਦੀ ਹੋ ਲੈ ਐਡਾ ਤੂੰ ਰੰਗ ਲੱਥ ਰਿਹਾ ਤੇਰਾ ਸ਼ਾਇਰ ਕਹਿੰਦਾ ਛੱਡ ਰੰਨਾ ਅੱਛਾ
ਛੱਡ ਰਹਿਣਾ ਦੀ ਯਾਰੀ ਨੂੰ ਇੱਥੇ ਦੋ ਦੋ ਯਾਰ ਬਣਾ ਲੈਂਦੀਆਂ ਇੱਥੇ ਖੂਨ ਜਿਗਰ ਦਾ ਪੀ ਲੈਂਦੀਆਂ ਇੱਥੇ ਹੱਥੀ ਯਾਰ ਮਰਵਾ ਦਿੰਦੀਆਂ ਉਹ ਬੰਦਾ ਕਿਹਾ ਸੜਿਆ ਛੱਡ ਵੀ ਦੇਵੇ ਇੱਥੇ ਫੁੱਲ ਤਵੀਜ਼ ਕਰਾ ਦਿੰਦੀਆਂ ਔਰ ਨਹਾਉਣ ਅਸਲੀ ਨਸਲ ਦੀਆਂ ਤੇ ਬੁੱਲੇ ਸ਼ਾਹ ਜਿਹਾ ਪੀਰ ਨਚਾ ਪੜ੍ਹੀ ਲਿਖੀਆਂ I love you ਕਾ ਮਤਲਬ ਕਿਆ ਹੁੰਦਾ ਹੈ ਹਾਂ ਬਤਾਓ ਮੈਂ ਤੁਮਸੇ ਪਿਆਰ ਕਰਤੀ ਹੂੰ ਆਪਣਾ ਮੂੰਹ ਵੇਖ ਕੇ ਆਪਣੀਆਂ ਖੁਆਇਸ਼ਾਂ ਵੇਖ ਦੱਸ ਨਾ ਮੈਂ ਤੁਹਾਨੂੰ ਮੈਂ ਕੌਣ ਆ ਇਹਦਾ ਮੇਰਾ ਨਾਮ ਪਤਾ ਨਹੀਂ ਹੋ ਓਏ ਇਧਰ ਆ ਕੌਣ ਨਾ ਪਤਾ ਨਹੀਂ ਹੋ ਲਹਾ ਲਿਖ ਕਲਾਵਰ ਕਲਾਵਰ ਕਿਵੇਂ ਪਾਣਾ ਇਹਨੂੰ ਭਾਵੇਂ ਭੈਣ ਨਾ ਪਾ ਲਾ ਇਹਨੂੰ ਫਾੜਾ ਇਹਦੇ ਘਰ ਪੁੱਤਰ ਹੋਇਆ ਤੇ ਕਹਿੰਦਾ ਬੋਲੀ ਮੈਂ ਖਾਣੀ ਕਿਹੋ ਜੀ ਵੀ ਹੋਵੇ ਸਾਹ ਚੱਲਦਾ ਹੋਣਾ ਚਾਹੀਦਾ ਬਸ ਇਹਨੂੰ ਕੀ ਚੱਲ 0333 ਮਾਵਾਂਗਾ ਛੇਤੀ ਜਲਦੀ ਜਵਾਨ ਹੋ ਗਏ ਛੇਤੀ ਕਿਉਂ ਜਵਾਨ ਹੋਇਆ ਦੋ ਪਾਰਟੀਆਂ ਕੋਈ ਤਾਕਤ ਲੱਗੀ ਸੀ ਇਹ ਕਹਿਣਾ ਤਾਂ ਪਾਕਿਸਤਾਨੀ ਪੂਰੀ ਕੰਮ ਕਹਿੰਦਾ ਮੈਂ ਸਿਰਫ ਇਹਨਾਂ